ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਵੇਂ ਹੋ ਸਾਰੀ ਮੇਰੀ ਯੂਟਿਊਬ ਫੈਮਿਲੀ? ਤੋ ਗਾਈਸ, ਅੱਜ ਮੈਂ ਗੁਰਪੁਰਬ ਦਾ ਵਲੋਗ ਪਾ ਰਹੀ ਹਾਂ। ਸਾਡੀ ਗਲੀ ਵਿੱਚ ਸਾਂਝੀ ਪ੍ਰਭਾਤ ਫੇਰੀ ਆਉਂਦੀ ਹੈ। ਅਸੀਂ ਸਾਰੇ ਬੜੇ ਧੂਮਧਾਮ ਨਾਲ ਅਸੀਂ ਪ੍ਰਭਾਤ ਫੇਰੀ ਦਾ ਸਵਾਗਤ ਕਰਦੇ ਹਾਂ। ਗਲੀ ਵਿੱਚ ਅਸੀਂ ਸਾਰੇ ਇਕੱਠੇ ਹੋ ਕੇ ਅਸੀਂ ਸੇਵਾ ਕਰਦੇ ਹਾਂ। ਜਿਸ ਗਲੀ ਜਿੱਥੇ ਬਾਬੇ ਦੀ ਬੀਟ ਰੱਖਣੀ ਹੁੰਦੀ, ਉਹ ਸਾਰੀ ਗਲੀ ਅਸੀਂ ਧੋਂਦੇ ਹਾਂ। ਬਹੁਤ ਹੀ ਮਜ਼ਾ ਆਉਂਦਾ, ਬਹੁਤ ਹੀ ਇੰਜੋਏ ਵੀ ਕਰਦੇ ਹਾਂ, ਅਸੀਂ ਬਹੁਤ ਹੱਸਦੇ ਖੇਡਦੇ ਵੀ ਹਾਂ। ਮੀਨਸ ਕਿ ਸਾਲ ਬਾਅਦ ਇਹ ਸਾਰੀ ਇਕੱਠੇ ਹੋ ਕੇ ਅਸੀਂ ਗੁਰਪੁਰਬ ਬਹੁਤ ਹੀ ਵਧੀਆ ਤਰੀਕੇ ਨਾਲ ਮਨਾਉਂਦੇ ਹਾਂ। ਬਾਬਾ ਜੀ ਦਾ ਸਵਾਗਤ ਬਹੁਤ ਹੀ ਸੋਹਣੇ ਤਰੀਕੇ ਨਾਲ ਹੀ ਕਰਦੇ ਹਾਂ। ਤੁਸੀਂ ਪਲੀਜ਼ ਮੇਰਾ ਵਲੋਗ ਅੰਤ ਤੱਕ ਜ਼ਰੂਰ ਦੇਖਿਓ। ਪਹਿਲਾਂ ਅਸੀਂ ਭਾਂਡੇ ਦੀ ਸੇਵਾ ਕਰਦੇ, ਉਸ ਤੋਂ ਬਾਅਦ ਅਸੀਂ ਗਲੀ ਵੀ ਧੋਂਦੇ ਹਾਂ, ਅਤੇ ਬਾਅਦ ਵਿੱਚ ਰਾਤ ਨੂੰ ਅਸੀਂ ਸਜਾਵਟ ਸਾਰੀ ਕਰਦੇ। ਮੀਨਸ ਕਿ ਬੈਲਨ ਵਗੈਰਾ ਲਗਾਉਂਦੇ ਹਾਂ, ਜੋ ਵੀ ਲਟਕਣ ਵਗੈਰਾ ਜੋ ਵੀ ਸਜਾਵਟ ਵਗੈਰਾ ਕਰਦੇ ਹਾਂ, ਅਤੇ ਇਕੱਠੇ ਹੋ ਕੇ ਸਾਰੇ ਹਾਸੇ ਖੇਡਦੇ ਵੀ ਬਹੁਤ ਅਸੀਂ ਹੈਗੇ ਹਾਂ। ਬਹੁਤ ਹੀ ਜ਼ਿਆਦਾ ਮਜ਼ਾ ਵੀ ਆਉਂਦਾ ਆ, ਅਤੇ ਪਲੀਜ਼ ਵੀਡੀਓ ਅੰਤ ਤੱਕ ਜ਼ਰੂਰ ਦੇਖਿਓ। ਤੁਹਾਨੂੰ ਮੇਰਾ ਵਲੋਗ ਬਹੁਤ ਪਸੰਦ ਆਏਗਾ। ਲਾਈਕ ਕਰਿਓ, ਸਬਸਕ੍ਰਾਈਬ ਕਰਿਓ, ਸ਼ੇਅਰ ਜ਼ਰੂਰ ਕਰਿਓ। ਅਤੇ ਦੇਖੋ ਸਾਰੇ ਵਾਹਿਗੁਰੂ ਵਾਹਿਗੁਰੂ ਕਰਦੇ, ਸਾਰੇ ਗਲੀ ਧੋਂਦੇ ਨੇ, ਸਾਰੀਆਂ ਨੇ ਇਕੱਠੀਆਂ ਹੋ ਜਾਂਦੀਆਂ, ਅਤੇ ਬਹੁਤ ਹੀ ਮਜ਼ਾ ਵੀ ਬਹੁਤ ਆਉਂਦਾ ਆ। ਅਤੇ ਤੁਸੀਂ ਵਲੋਗ ਮੇਰਾ ਅੰਤ ਤੱਕ ਜ਼ਰੂਰ ਦੇਖਿਓ, ਸਕਿਪ ਨਾ ਕਰਿਓ। ਅਤੇ ਮੈਨੂੰ ਕਮੈਂਟ ਕਰਕੇ ਦੱਸਿਓ ਤੁਹਾਨੂੰ ਮੇਰਾ ਵਲੋਗ ਕਿਵੇਂ ਦਾ ਲੱਗਿਆ। ਗੁਰ ਕੀ ਸੇਵਾ, ਗੁਰ ਕੀ ਸੇਵਾ ਕਰੋ ਦਿਨ ਰਾਤ, ਸੁਖ ਸਹਿਜ ਮਨ ਆਵੈ ਸ਼ਾਂਤ, ਸੁਖ ਸਹਿਜ ਮਨ ਆਵੈ ਸ਼ਾਂਤ, ਗੁਰ ਕੀ ਸੇਵਾ, ਗੁਰ ਕੀ ਸੇਵਾ, ਗੁਰ ਕੀ ਸੇਵਾ ਕਰੋ ਦਿਨ ਰਾਤ, ਗੁਰ ਕੀ ਸੇਵਾ ਕਰੋ ਦਿਨ ਰਾਤ। ਦੀਵਿਓ ਸਤਨਾਮ, ਵਾਹਿਗੁਰੂ ਜਪੋ, ਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਅਰੇ ਤਾਂ ਦੇਖੋ ਗਾਈਸ, ਹੁਣ ਰਾਤ ਦੇ 10:30 ਦਾ ਟਾਈਮ ਸੀਗਾ ਜਦੋਂ ਅਸੀਂ ਗੁਰਪਾਰੇ ਫੁਲਾ ਰਹੇ ਹਾਂ। ਮੀਨਸ ਕਿਸ ਸਜਾਵਟ ਕਰਨ ਅਸੀਂ ਸਾਰੇ ਫੇਰੀ ਇਕੱਠੇ ਹੋਏ ਸੀਗੇ। ਪਹਿਲਾਂ ਅਸੀਂ ਸੇਵਾ ਕੀਤੀ, ਫਿਰ ਅਸੀਂ ਘਰੇ ਚਲੇ ਗਏ, ਫਿਰ ਰੋਟੀ ਪਾਣੀ ਦਾ ਜੋ ਵੀ ਪ੍ਰੋਗਰਾਮ ਸੀ ਸਾਰਾ ਕਰਕੇ, ਫਿਰ ਅਸੀਂ ਇਕੱਠੇ ਫ੍ਰੀ ਹੋ ਗਏ। ਫਿਰ ਅਸੀਂ 10:30 ਇਕੱਠੇ ਹੋਏ, ਉਹ ਤਾਂ ਹੋਏ ਕਿਉਂਕਿ ਉਸ ਤੋਂ ਬਾਅਦ ਹੋਈ ਆਵਾਜਾਈ ਘੱਟ ਹੋ ਜਾਂਦੀ, ਅਤੇ ਇਸ ਕਰਕੇ ਅਸੀਂ ਆਰਾਮ ਨਾਲ ਸਜਾਵਟ ਕਰ ਸਕਾਂਗੇ, ਕੋਈ ਮੀਨਸ ਕਿ ਪਰੇਸ਼ਾਨੀ ਨਹੀਂ ਹੋਏਗੀ ਸਾਨੂੰ। ਅਤੇ ਜੋ ਵੀ ਲਟਕਣ ਵਗੈਰਾ ਬਹੁਤ ਹੀ ਜੋ ਵੀ ਮੀਨਸ ਕਿ ਸਮਾਨ ਅਸੀਂ ਮੰਗਵਾਇਆ ਸੀ ਸਾਰਾ ਅਸੀਂ ਲਗਾਉਂਦੇ ਹਾਂ, ਫਿਰ ਬਹੁਤ ਹੀ ਮਜ਼ਾ ਵੀ ਆਉਂਦਾ, ਹੱਸਦੇ ਵੀ ਆ, ਖੇਡਦੇ ਵੀ। ਤੁਸੀਂ ਦੇਖੋ ਅਸੀਂ ਕਿੰਨਾ ਹੱਸ ਰਹੇ ਹਾਂ, ਨਾਲ ਨਾਲ ਗੁਬਾਰੇ ਵੀ ਫੁਲਾ ਰਹੇ, ਨਾਲ ਨਾਲ ਹੱਸ ਵੀ ਰਹੇ ਹਾਂ, ਬਹੁਤ ਇੰਜੋਏ ਵੀ ਕਰ ਰਹੇ ਹਾਂ। ਅਤੇ ਸਹੀ ਗੱਲ ਦੱਸਾਂ, ਸਾਲ ਬਾਅਦ ਇਹ ਆਉਂਦਾ ਟਾਈਮ, ਬਹੁਤ ਹੀ ਮਜ਼ਾ ਆਉਂਦਾ ਆ।
ਇਕੱਠੇ ਹੋਏ ਨੇ ਸਾਰੇ ਜਣੇ, ਬਹੁਤ ਹੀ ਹੱਸਦੇ ਹਾਂ, ਖੇਡਦੇ ਹਾਂ, ਮਜ਼ਾ ਆ ਜਾਂਦਾ ਵੈਸੇ। ਅਤੇ ਫਿਰ ਇਕੱਠੇ ਹੋ ਕੇ ਅਸੀਂ ਚਾਹ ਪਾਣੀ ਵੀ ਪੀਂਦੇ ਹਾਂ, ਫਿਰ ਮੀਨਸ ਕਿ ਬਹੁਤ ਮਜ਼ਾ ਆਉਂਦਾ, ਤੁਹਾਨੂੰ ਮੈਂ ਹੁਣ ਕੀ ਦੱਸਾਂ, ਬਹੁਤ ਮਜ਼ਾ ਆਉਂਦਾ ਆ। ਅਤੇ ਗੁਬਾਰੇ ਫੈਲਾ ਕੇ ਫਿਰ ਅਸੀਂ ਸਜਾਵਟ ਵੀ ਕਰਦੇ, ਪਰ ਬੱਚੇ ਵੀ ਬਹੁਤ ਇੰਜੋਏ ਕਰ ਰਹੇ ਸੀ ਨਾਲ ਨਾਲ, ਉਹ ਵੀ ਸਾਡੀ ਬਹੁਤ ਹੈਲਪ ਕਰ ਰਹੇ ਸੀਗੇ, ਗੁਬਾਰੇ ਫੈਲਾ ਰਹੇ ਸੀ ਸਾਡੇ ਨਾਲ ਹੀ। ਅਤੇ ਜਦੋਂ ਅਸੀਂ ਗੁਬਾਰੇ ਉੱਪਰ ਲਗਾ ਰਹੇ ਸੀ ਤਾਂ ਫਿਰ ਸਾਡੇ ਨਾਲ ਹੈਲਪ ਵੀ ਕਰ ਰਹੇ ਸੀਗੇ, ਦੇਣ ਕਿ ਗੁਬਾਰੇ ਫੜਾਉਣ ਦੀ ਹੈਲਪ ਕਰ ਰਹੇ ਸੀ, ਫਿਰ ਇਹਨਾਂ ਕੋਲ ਫੜ ਫੜ ਕੇ ਲਗਾ ਵੀ ਰਹੇ ਸੀ, ਕਿਉਂਕਿ ਬੱਚਿਆਂ ਨੂੰ ਬਹੁਤ ਜ਼ਿਆਦਾ ਸ਼ੌਂਕ ਹੁੰਦਾ। ਮੈਨੂੰ ਤਾਂ ਜ਼ਿਆਦਾ ਹੀ ਸ਼ੌਂਕ ਹੁੰਦਾ, ਕਿਉਂਕਿ ਘਰ ਗਲੀ ਵਿੱਚ ਕੋਈ ਵੀ ਪ੍ਰੋਗਰਾਮ ਆਏ ਨਾ, ਸਭ ਤੋਂ ਪਹਿਲਾਂ ਅੱਗੇ ਹੁਣ ਮੈਂ ਹੀ ਹੁੰਦੀ ਹਾਂ, ਕਿਉਂਕਿ ਮੈਂ ਤਾਂ ਇਹੋ ਜਿਹੇ ਪ੍ਰੋਗਰਾਮ ਦੀ ਵੇਟ ਕਰਦੀ ਹਾਂ ਕਿ ਕਦੋਂ ਇਹ ਪ੍ਰੋਗਰਾਮ ਆਉਣ ਅਤੇ ਕਦੋਂ ਮੈਂ ਜਾਵਾਂ, ਮੈਂ ਉਸ ਪ੍ਰੋਗਰਾਮ 'ਚ ਹਿੱਸਾ ਲਵਾਂ, ਸਾਰੇ ਕੰਮ ਕਰਾਂ, ਸੇਵਾ ਕਰਾਂ। ਮੈਨੂੰ ਤਾਂ ਬਹੁਤ ਹੀ ਜ਼ਿਆਦਾ ਸ਼ੌਂਕ ਹੈ ਇਹ ਪ੍ਰੋਗਰਾਮ ਦਾ। ਅਤੇ ਚੱਲ ਫਲਾ ਜ਼ੋਰ ਲਗਾ ਕੇ ਹੈ ਆ, ਜ਼ੋਰ ਲਗਾ ਕੇ ਹੈ ਆ, ਸਹੀ ਆ, ਸਹੀ ਆ। ਸਾਡੀ ਗੁਰਪੁਰਬ ਦੀ ਹੈਗੀ ਡੈਕੋਰੇਸ਼ਨ ਰੈਡੀ, ਕਹਿੰਦੇ ਸਟਾਰਟਿੰਗ ਤੋਂ ਇਹ ਸਾਡੀ ਐਂਟਰੀ ਹੈ, ਜਦੋਂ ਬਾਬਾ ਜੀ ਆਉਣਗੇ ਉਹਨਾਂ ਦਾ ਸਵਾਗਤ ਹੋਏਗਾ, ਹੈਪੀ ਗੁਰਪੁਰਬ, ਸਾਰੇ ਬੈਲੂਨ ਦੇ ਨਾਲ ਲਟਕਣ ਸਭ ਕੁਛ ਲਗਾਇਆ। ਇਸ ਟਾਈਮ ਰਾਤ ਦੇ 11 ਵਜੇ ਹੋਏ, ਅਸੀਂ ਡੈਕੋਰੇਸ਼ਨ ਕਰ ਰਹੇ ਹਾਂ, ਬਹੁਤ ਮਜ਼ਾ ਆ ਰਿਹਾ, ਖਾਸ ਖੇਡ ਵੀ ਰਹੇ ਹਾਂ। ਅਤੇ ਤੁਸੀਂ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ, ਸ਼ੇਅਰ ਕਰਿਓ। ਬਾਬਾ ਜੀ ਦੇ ਜਨਮ ਦਿਨ ਮਨਾ ਰਹੇ ਹਾਂ ਅਸੀਂ ਖੂਬ ਧੂਮ ਧਾਮ ਨਾਲ, ਅਤੇ 5 ਵਜੇ ਸਵੇਰ ਪਰ ਬਾਅਦ ਫਿਰ ਹੀ ਆਓਗੀ, ਤੁਹਾਨੂੰ ਮੈਂ ਫਿਰ ਉਹ ਵੀ ਵੀਡੀਓ ਦਿਖਾਊਂਗੀ, ਤੁਸੀਂ ਜ਼ਰੂਰ ਦੇਖਿਓ। ਓਕੇ, ਬਾਕੀ ਸਵੇਰ ਦਾ ਤੁਹਾਨੂੰ ਦਿਖਾਊਂਗੀ ਮੈਂ, ਹੁਣ ਤੱਕ ਬਾਏ। ਚਾਲਨ ਹੋ ਜਗ ਚਾਲਨ ਹੋ ਜਗ
तेरी आई के
ਤਾਂ ਗਾਇਸ ਹੁਣ ਬਾਬਾ ਜੀ ਦੀ ਬੀੜ ਚਲੇ ਗਈ ਸੀ ਅਤੇ ਇਸ ਤੋਂ ਬਾਅਦ ਫਿਰ ਅਸੀਂ ਲੰਗਰ ਵਰਤਾਇਆ
ਅਤੇ ਬਹੁਤ ਹੀ ਸਵਾਦ ਲੰਗਰ ਬਣਿਆ ਹੋਇਆ ਸੀ, ਬਹੁਤ ਹੀ ਟੇਸਟੀ ਸਾ, ਅਤੇ ਸਾਰੇ ਜਣੇ ਲਾਈਨ 'ਚ ਬਹਿ ਗਏ ਸੀ, ਅਤੇ ਫਿਰ ਬੱਚੇ ਵੀ ਨਾਲ ਹੀ ਸੇਵਾ ਕਰਨ ਲੱਗ ਪਏ, ਨਾਲ ਹੀ ਸਾਰਿਆਂ ਨੇ ਸੇਵਾ ਕਰਕੇ ਲੰਗਰ ਵਰਤਾਇਆ। ਅਤੇ ਉਸ ਤੋਂ ਬਾਅਦ ਫਿਰ ਭਾਂਡੇ ਵਗੈਰਾ ਧੋ ਕੇ ਫਿਰ ਅਸੀਂ ਸਾਰੀ ਗਲੀ ਵਗੈਰਾ ਫਿਰ ਦੁਬਾਰਾ ਸਾਫ਼ ਕੀਤੀ, ਮੀਨਸ ਕਿ ਜਿੱਥੇ ਅਤੇ ਲੰਗਰ ਬਣਿਆ ਸੀ ਉਸ ਜਗ੍ਹਾ ਸਾਰੀ ਸਾਫ਼ ਕੀਤੀ ਸੀ। ਅਤੇ ਉਸ ਤੋਂ ਬਾਅਦ ਫਿਰ ਆਪਣੇ ਆਪਣੇ ਘਰ ਸਾਰੇ ਚਲੇ ਗਏ, ਬਟ ਮਜ਼ਾ ਬਹੁਤ ਜ਼ਿਆਦਾ ਆਇਆ, ਬਹੁਤ ਹੀ ਜ਼ਿਆਦਾ ਮਜ਼ਾ ਆਇਆ। ਸਾਰੇ ਜਣੇ ਇਕੱਠੇ ਹੋ ਜਾਂਦੇ ਨੇ, ਸਾਰੇ ਜਣੇ ਹੱਸਦੇ ਖੇਡਦੇ ਨੇ, ਫਿਰ ਸੇਵਾ ਵੀ ਨਾਲ ਹੀ ਕਰਦੇ ਹਾਂ, ਇਸ ਕਰਕੇ ਬਹੁਤ ਹੀ ਮਜ਼ਾ ਆਉਂਦਾ ਆ। ਅਤੇ ਤੁਸੀਂ ਪਲੀਜ਼ ਮੇਰਾ ਵਲੋਗ ਐਂਡ ਤੱਕ ਜ਼ਰੂਰ ਦੇਖਿਓ, ਲਾਈਕ ਕਰਿਓ, ਸਬਸਕ੍ਰਾਈਬ ਕਰਿਓ, ਸ਼ੇਅਰ ਕਰਿਓ, ਅਤੇ ਮੈਨੂੰ ਕਮੈਂਟ ਕਰਕੇ ਦੱਸਿਓ ਤੁਹਾਨੂੰ ਮੇਰਾ ਵਲੋਗ ਕਿਵੇਂ ਦਾ ਲੱਗਿਆ। ਇਹੋ ਜਿਹੇ ਵਧੀਆ ਵਧੀਆ ਵਲੋਗ ਮੈਂ ਤੁਹਾਡੇ ਲਈ ਲੈਂਦੀ ਆਊਂਗੀ, ਅਤੇ ਤੁਸੀਂ ਪਲੀਜ਼ ਸ਼ੇਅਰ, ਲਾਈਕਸ ਔਰ ਕਮੈਂਟ ਜ਼ਰੂਰ ਕਰਦੇ ਰਹੋ, ਪਲੀਜ਼ ਜ਼ਰੂਰ ਕਮੈਂਟ ਕਰਿਆ ਕਰੋ। ਬਹੁਤ ਹੀ ਖੁਸ਼ੀ ਮਿਲਦੀ ਹੈ ਤੁਹਾਨੂੰ, ਤੁਹਾਡੇ ਵਾਲੇ ਜੇਕਰ ਕੋਈ ਕਮੈਂਟ ਆਉਂਦਾ ਤਾਂ ਮੈਨੂੰ ਫਿਰ ਇਹ ਹੁੰਦਾ ਕਿ ਹਾਂ ਮੇਰੀ ਵੀਡੀਓ ਦੇਖ ਰਹੇ ਨੇ ਸਾਰੇ ਜਣੇ। ਉਸ ਤੋਂ ਬਾਅਦ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਆਪ ਜੀ ਦੀ ਸ਼ਾਮ ਫੇਰੀ ਦਾ ਸਤਿਕਾਰ ਕਰਦੇ ਹੋਏ ਆਪ ਜੀ ਦੇ ਸੇਵਾ ਵਾਰ ਅਤੇ ਵੀਰ ਦੇ ਪੈਰਾਂ ਬੇਅੰਤ ਮਾਂ ਅਰਦਾਸ ਕਰ ਰਹੀਆਂ ਹਨ ਉਸ ਤੋਂ ਬਾਅਦ ਗਾਇਸ ਗੁਰਪੁਰਬ ਵਾਲੇ ਦਿਨ ਅਸੀਂ ਰਾਤ ਨੂੰ ਫਿਰ ਗੁਰੂ ਨਾਨਕ ਦੇਵ ਜੀ ਦੇ ਫੋਟੋ ਦੇ ਅੱਗੇ 13 ਦੀਵੇ ਬਣਾ ਕੇ, ਆਟੇ ਦੇ ਦੀਵੇ ਬਣਾ ਕੇ ਦੇਸੀ ਘਿਓ ਦੀ ਜੋਤ ਜਗਾਉਂਦੇ ਹਾਂ, ਫਿਰ ਨਾਲ ਹੀ ਅਸੀਂ ਹੋਮ ਵੀ ਪਾਈ ਦਾ ਵੈ, ਥੋੜ੍ਹੀ ਜਿਹੀ ਦੇਗ ਵੀ ਬਣਾਉਂਦੇ ਹਾਂ ਅਤੇ ਮੱਥਾ ਟੇਕਦੇ ਹਾਂ, ਫਿਰ ਅਸੀਂ ਉਹਨਾਂ ਦਾ ਜਨਮ ਦਿਨ ਮਨਾਉਂਦੇ ਹਾਂ, ਮੱਥਾ ਟੇਕਦੇ ਹਾਂ ਸਾਰੇ ਜਣੇ ਪਰਿਵਾਰ ਵਾਲੇ ਇਕੱਠੇ ਹੋ ਕੇ। ਫਿਰ ਬੱਚੇ ਥੋੜ੍ਹੀ ਖੁਸ਼ੀ ਮਨਾ ਲੈਂਦੇ ਨੇ ਜਨਮ ਦਿਨ ਦੀ, ਮੀਨਸ ਕਿ ਪਟਾਕੇ ਵਗੈਰਾ ਚਲਾਉਂਦੇ ਨੇ, ਉਹ ਵੀ ਵੀਡੀਓ ਮੈਂ ਅੱਗੇ ਪਾਈ ਹੋਈ ਹੈ, ਤੁਸੀਂ ਉਹ ਵੀ ਦੇਖਿਓ। ਅਤੇ ਨਿੱਕੇ ਨਿੱਕੇ ਬੱਚਿਆਂ ਨੇ ਇੱਕ ਬੀੜੀ ਬੰਬ ਨਹੀਂ ਹੁੰਦੇ ਹੈਗੇ, ਉਹ ਮਾੜੀ ਜਿਹੀ ਅੱਗ ਲਗਾ ਕੇ ਸੁੱਟ ਦਿਉ, ਉਸ ਟਾਈਮ ਪਹਿਲਾਂ ਧੂੰਆਂ ਨਿਕਲਦਾ, ਬੱਚੇ ਠਾਹ ਕਰਕੇ ਬੋਲਦਾ ਆ, ਉਹ ਵੀ ਅਗਮ ਨੇ ਬਹੁਤ ਚਲਾਏ। ਬਾਅਦ ਵਿੱਚ ਫਿਰ ਜਿਹੜੀ ਹੁੰਦੀ ਆ ਆਤਿਸ਼ਬਾਜ਼ੀ, ਉਹ ਵੀ ਚਲਾਈ। ਫਿਰ ਅਸੀਂ ਡੋਲਾ ਵੀ ਜਿਹੜਾ ਹੁੰਦਾ ਨਾ ਡੋਲਾ, ਉਹ ਵੀ ਅਸੀਂ ਉਡਾਇਆ ਸੀ, ਮੈਂ ਅਤੇ ਮੇਰੇ ਹਸਬੈਂਡ ਨੇ ਇਕੱਠੇ ਹੋ ਕੇ, ਅਤੇ ਉਹਦੀ ਵੀਡੀਓ ਵੀ ਪਾਈ ਹੋਈ ਹੈ, ਅਤੇ ਤੁਸੀਂ ਪਲੀਜ਼ ਉਹ ਜ਼ਰੂਰ ਦੇਖਿਓ ਅੰਡ ਤੱਕ। ਦੇਖੋ ਦੇਖੋ ਬੀੜੀ ਬੰਬਾ ਦੇਖੋ, ਪਹਿਲਾਂ ਧੂੰਆਂ ਛੱਡਦੇ ਆ, ਉਸ ਤੋਂ ਬਾਅਦ ਠਾਹ ਕਰਦੇ ਨੇ। ਫਿਰ ਅਸੀਂ ਉਸ ਤੋਂ ਬਾਅਦ ਡੋਲਾ ਵੀ ਚਲਾਇਆ ਸੀ,
ਅਤੇ ਤੁਸੀਂ ਲਾਈਕ ਕਰਿਓ, ਸ਼ੇਅਰ ਕਰਿਓ, ਇਸ ਤਰ੍ਹਾਂ ਨਾ ਜਾਇਓ ਬਿਲਕੁਲ ਵੀ, ਅਤੇ ਮੈਨੂੰ ਕਮੈਂਟ ਕਰਕੇ ਦੱਸਿਓ। ਅਤੇ ਮੇਰੇ ਹਸਬੈਂਡ ਵੀ ਮੇਰੇ ਨਾਲ ਆ ਕੇ ਮੈਂ ਕਿਤੇ ਥੋੜ੍ਹੀ ਵੀਡੀਓ ਕੋ ਬਣਾ ਲੈਂਦਾ, ਥੋੜ੍ਹੀ ਆਪਣੀ ਯਾਦਗਾਰੀ ਹੋ ਜਾਂਦੀ ਹੈ ਕਿ ਗੁਰਪੁਰਬ ਦਿਨ ਅਸੀਂ ਡੋਲਾ ਵੀ ਬਣਾਇਆ ਉਡਾਇਆ ਸੀ, ਅਤੇ ਫਿਰ ਵਿੱਚ ਬੱਚਿਆਂ ਨੇ ਪਟਾਕੇ ਵੀ ਚਲਾਏ ਸੀਗੇ, ਉਹਨਾਂ ਨੇ ਬਹੁਤ ਖੁਸ਼ੀ ਮਨਾਈ। ਮੀਨਸ ਕਿ ਇਹ ਲੱਗ ਰਿਹਾ ਸੀ ਜਿਵੇਂ ਦਿਵਾਲੀ ਸਰ ਦਿਵਾਲੀ 'ਚ ਨਹੀਂ ਅਸੀਂ ਕਰਦੇ ਹੈਗੇ, ਉਵੇਂ ਦਿਵਾਲੀ ਵਰਗਾ ਮਾਹੌਲ ਬਣਿਆ ਹੋਇਆ ਸੀਗਾ। ਸਾਰੀ ਜਗ੍ਹਾ ਪਟਾਕੇ ਪਟਾਕੇ ਚਲਾ ਰਹੇ ਸੀ, ਦੀਵੇ ਚਲਾ ਰਹੇ ਸੀ, ਦੀਵੇ ਵੀ ਜਗਾਏ ਸੀ, ਮੋਮਬੱਤੀਆਂ ਜਗਾਈਆਂ, ਮੀਨਸ ਕਿ ਘਰਾਂ ਵਿੱਚ ਹੀ ਸਾਰਿਆਂ ਨੇ ਜਗਮਗ ਹੋ ਰਹੀ ਸੀਗੀ। ਬਹੁਤ ਹੀ ਵਧੀਆ ਲੱਗ ਰਿਹਾ ਸੀ, ਬਹੁਤ ਹੀ ਮਜ਼ਾ ਵੀ ਆ ਰਿਹਾ ਸੀਗਾ। ਅਤੇ ਦੇਖੋ ਅਸੀਂ ਚਲਾ ਰਹੇ ਸੀ ਡੋਲਾ, ਪਰ ਉਹ ਬਹੁਤ ਹੌਲੀ 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 ਕਰਕੇ ਚੱਲਿਆ, ਪਰ ਚਲਾ ਗਿਆ ਉੱਪਰ। ਕੋਸ਼ਿਸ਼ ਪੂਰੀ ਕੀਤੀ ਪਰ ਚਲਾ ਗਿਆ, ਪਰ ਠੀਕ ਹੈ, ਮਜ਼ਾ ਆ ਗਿਆ। ਫਿਰ ਅਸੀਂ ਆਤਿਸ਼ ਬਾਜ਼ੀ ਉੱਪਰ ਜਾ ਕੇ ਛੱਤ 'ਤੇ ਚਲਾਈ ਸੀਗੀ, ਕਿਉਂਕਿ ਨੀਚੇ ਜੇ ਚਲਾਉਂਦੇ ਤਾਂ ਥੋੜ੍ਹਾ ਪ੍ਰੋਬਲਮ ਜੀ ਆਈ ਨਹੀਂ ਸੀ, ਕਿਉਂਕਿ ਕਿਸੇ ਟਾਈਮ ਟੇਢੀ ਚਲੇ ਜਾਂਦੀ ਹੈ ਨਾ, ਇਸ ਕਰਕੇ ਫਿਰ ਅਸੀਂ ਉੱਪਰ ਜਾ ਕੇ ਹੀ ਆਤਿਸ਼ਬਾਜ਼ੀ ਚਲਾਈ। ਅਤੇ ਬੱਚਿਆਂ ਨੇ ਬਹੁਤ ਇੰਜੋਏ ਕੀਤਾ। ਫਿਰ ਉਸ ਤੋਂ ਬਾਅਦ ਰੋਟੀ ਪਾਣੀ ਖਾ ਕੇ ਅਸੀਂ ਸੋ ਗਏ। ਇਹ ਸੀ ਮੇਰਾ ਵਲੋਗ, ਅਤੇ ਪਲੀਜ਼ ਮੇਰੇ ਵਲੋਗ ਨੂੰ ਲਾਈਕ ਕਰਿਓ, ਸਬਸਕ੍ਰਾਈਬ ਕਰਿਓ, ਸ਼ੇਅਰ ਜ਼ਰੂਰ ਕਰਿਓ। ਮਿਲਦੀ ਹਾਂ ਤੁਹਾਨੂੰ ਨੈਕਸਟ ਵੀਡੀਓ 'ਤੇ, ਤਦ ਤੱਕ ਲਈ ਗਾਈਸ ਬਾਏ, ਟੇਕ ਕੇਅਰ, ਲਵ ਯੂ, ਬਾਏ ਬਾਏ। ਉੱਪਰ ਲੱਗ ਜਾਈ ਨਾਲ ਨਾਲ।